वाहिगुरु जी का खालसा वाहिगुरु जी की फतेह। ए जी अमृतसर पंजाब न्यूज़ चैनल देख रहे दर्शकों का हार्दिक स्वागत। जिस तरह कि दिनों दिन वातावरण जिहड़ा प्रदूषित हो रहा है, वातावरण साफ सुथरा रखने वास्ते डीसी ऑफिस अमृतसर दे विच मीटिंग रखी गई, जिस विच सरदार गुरप्रीत सिंह जी खैरा IAS DC जी ने संबोधन किया। इस मीटिंग दे विच शामिल होए उच्च अधिकारी जिवें कि डॉक्टर GS बिलगा, डॉक्टर मनप्रीत सिंह भट्टी, डॉक्टर आदर्श जी, तो श्री दीपक बब्बर, कृष्ण कुमार, दलजीत सिंह कोहली, PS कोहली, RD शर्मा ते होर उच्च अधिकारी। DC साहब वल्लों कहा गया कि बरसात दे पानी नूं, मिट्टी नूं अते जो पुराने रुख गया उन्हां नूं संभालण दा उपराला किया जाए। जेकर कोई भी हवा पानी मिट्टी जां देर रात एक DJ दा शोर करता है उसके उपर सख्त तो सख्त कार्रवाई की जाएगी। प्लस मैं GONGO कोऑर्डिनेटर भी हाँ जी, अमृतसर की सारी संस्थाओं में जुड़े हुए हैं, चाहे कोई भी संस्था है मैं अपना समझ के उसके नाल पर सहयोग करता। मैं डॉक्टर GS बिलगा जी, मैं कंसल्टेंट हॉर्टिकल्चर गुरु नानक देव यूनिवर्सिटी, इस तो पहला मैं सेंट्रल यूनिवर्सिटी ऑफ पंजाब बठिंडे भी 2.5 साल ला के एज कंसल्टेंट, उस तो पहला ICER मोहाली जो गवर्नमेंट ऑफ इंडिया का इंडियन इंस्टीट्यूट ऑफ साइंस एजुकेशन एंड रिसर्च 4 साल उत्थे लाए सके, उस तो पहला 30 साल नगर निगम का हिस्सा मैं उठे सर उठे हो लगा जी ICER तो पहला मैं 30 साल नगर निगम के रहा, जिसे अमृतसर ज्यादा समा रहा, जलंधर भी, लुधियाना भी, और मैं सारे मैंबर खासकर दिशा पता भी है, जो मैं 99 लुधियाने से गया इतने लुधियाना बाद नंबर 2 इन पोल्यूशन इन द कंट्री, दिल्ली पहले नंबर से सी। ਅਜਾ ਨੌਕਰੀ ਕੀਤੀ ਨੇ ਕਈ ਵਾਰੀ ਹੁੰਦਾ ਵੀ ਜਦੋਂ ਬੰਦਾ ਨੌਕਰੀ ਕਰਕੇ ਤੇ ਬੜੇ ਚਲੇ ਜਾਂਦੇ ਨੇ, ਕੁਝ ਬੰਦਿਆਂ ਦਾ ਨਾਮ ਵਾਰ-ਵਾਰ ਉਸ ਦਫ਼ਤਰ 'ਚ ਉਹਨਾਂ ਸਥਾਵਾਂ 'ਚ ਰਿਪੀਟ ਹੁੰਦਾ ਹੈ, ਉਹ ਫਿਰ ਉਸ ਤੋਂ ਪਤਾ ਲੱਗਦਾ ਵੀ ਉਸ ਇੰਸਟੀਟਿਊਸ਼ਨ 'ਚ ਉਹ ਬੰਦੇ ਦਾ ਕਿੱਦਾਂ ਦਾ ਰੋਲ ਰਿਹਾ ਹੈਗਾ ਜਿਹੜਾ ਅੱਜ ਤੱਕ। ਸੋ ਯੋਰ ਨੇਮ, ਮੈਂ ਐਜ਼ ਅ ਕਮਿਸ਼ਨਰ ਕਾਰਪੋਰੇਸ਼ਨ ਜਲੰਧਰ ਵੀ ਰਿਹਾ, ਹਾਂਜੀ ਮੈਂ ਕਮਿਸ਼ਨਰ ਕਾਰਪੋਰੇਸ਼ਨ ਪਟਿਆਲੇ ਵੀ ਗਿਆ। ਸੋ ਨਗਰ ਨਿਗਮਾਂ ਤੋਂ ਪਤਾ ਵੀ ਲੈਂਡਸਕੇਪ ਸਭ ਤੋਂ ਇੱਕ ਨੈਗਲੈਕਟਿਡ ਏਰੀਆ ਰਿਹਾ ਹੈ, ਹਾਂਜੀ, ਤੇ ਕਿਸੇ ਵੀ ਨਗਰ ਕੋਲ ਬਰਕਰ ਜਿੱਥੇ ਤੁਸੀਂ ਥੋੜਾ ਥੋੜਾ ਸਮਾਂ ਰਹੇ ਆ, ਤੁਹਾਡੀਆਂ ਕੰਟਰੀਬਿਊਸ਼ਨਸ ਅੱਜ ਵੀ ਭਾਵੇਂ ਤੁਸੀਂ ਰਿਟਾਇਰ ਹੋ ਗਏ, ਪੀਪਲ ਰਿਮੈਂਬਰ ਸਰ, ਤੇ ਹੈਪੀ ਵੀ ਤੁਸੀਂ ਸਾਡੇ ਮੈਂਬਰ ਹੈਗੇ ਇਸ ਕਮੇਟੀ ਸਰ। ਬੜੀ ਖੁਸ਼ੀ ਹੋਈ ਜਦੋਂ ਮੈਂਬਰ ਤੁਸੀਂ ਕਮੇਟੀ ਬਣਾ ਕੇ ਮੈਨੂੰ ਮੈਂਬਰਸ਼ਿਪ ਉਸ ਵਿੱਚ ਪਾਇਆ, ਤੇ ਮੈਂ ਤੱਕਦਾ ਤਾਂ ਬਹੁਤ ਦਿਨ ਤੋਂ ਪਹਿਲਾਂ ਸੀਗਾ ਵੀ ਮੈਂ ਤੁਹਾਨੂੰ ਆ ਕੇ ਮਿਲਾਂ ਤੇ ਕੋਈ ਸਾਂਝ ਪਾਈਏ ਕਿਸ ਤਰ੍ਹਾਂ ਜੀ ਜੀ ਬੰਦਾ ਹੋ ਕੇ, ਤੁਸੀਂ ਬਹੁਤ ਸੋਹਣਾ ਪਲੇਟਫਾਰਮ ਬਣਾ ਦਿੱਤਾ। ਬਿਲਕੁਲ ਜੀ, ਸ਼ੁਰੂਆਤ ਸਾਰੇ ਮੈਂਬਰਸ ਦੀ ਸਮਾਨ ਹੈ, ਇਹਨਾਂ ਤੋਂ ਸੋਚ ਇਕੱਠੇ, ਬਿਕੋਜ਼ ਇਹਨਾਂ ਦਾ ਪੈਸ਼ਨ ਵੇਖ ਕੇ ਅਸੀਂ ਨਾ ਜੀ ਸਾਨੂੰ ਲੱਗਾ ਕਿ ਵੀ ਇੰਨਾ ਪੈਸ਼ਨ ਸਾਰੇ ਆਪਣਾ ਆਪਣਾ ਕਰ ਰਹੇ ਆ, ਤੇ ਕੋਈ ਇੱਕ ਸਾਂਝੇ ਤੌਰ ਤੇ ਕੋਸ਼ਿਸ਼ ਕਰੀਏ ਕਿ ਕਈ ਵਾਰੀ ਗਵਰਨਮੈਂਟ ਸੈਕਟਰ ਅਲੱਗ ਆਪਣਾ ਜੋਰ ਲਾਈ ਜਾ ਰਿਹਾ, ਇਹ ਆਪਣਾ ਅਲੱਗ ਨਿਯਮਤ ਮਾਰੀ ਜਾ ਰਿਹਾ, ਫਿਰ ਮਹਿਕਮੇ ਕੋਈ ਪੂਰਾ ਕੋਆਰਡੀਨੇਸ਼ਨ ਹੁੰਦੀ ਨਹੀਂ, ਕੋਈ ਇੰਟਰਸਟ ਲੈਂਦਾ ਨਹੀਂ, ਸਾਨੂੰ ਜੀ ਵੀ ਇੱਕ ਇਹ ਕਮੇਟੀ ਬਣਾ ਕੇ ਇੱਕ ਇਹਦਾ ਫੋਰਮ ਨੂੰ ਦੇਈਏ ਤਾਂ ਕਿ ਬੇਸਿਕਲੀ ਮੈਂ ਪਟਿਆਲੇ ਤੋਂ ਥਾਪਰ ਤੋਂ ਮੇਰੀ ਸਿਵਲ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਇੰਜੀਨੀਅਰ ਕੀਤੀ, ਅਤੇ ਜਿਹੜਾ ਪੈਸ਼ਨ ਹੈ ਕਿ ਸ਼ਹਿਰ ਬਹੁਤ ਸੋਹਣਾ ਬਣੇ ਅਤੇ ਅਸੀਂ ਤੁਹਾਨੂੰ ਪੂਰੀ ਸਪੋਰਟ ਕਰਾਂਗੇ ਜਿਸ ਚੀਜ਼ ਨੂੰ ਤੁਹਾਡਾ ਉਦੋਂ ਮੁੱਲਾ ਦਾ ਜੋ ਵਰਚੁਅਲ ਮੀਟਿੰਗ 'ਤੇ ਜੀ ਸਰ ਜੀ ਤੁਹਾਡੀ ਜੀ ਜੀ ਸਰ ਥੋੜ੍ਹਾ ਬਹੁਤ ਵਟਸਐਪ 'ਤੇ ਵੀ ਤੁਹਾਡੇ ਨਾਲ ਮੈਂ ਸਰ ਸਾਡਾ ਪੂਰਾ ਸ਼ੁਭ ਨਾਮ ਕੀ ਹੈ? ਮਨਪ੍ਰੀਤ ਸਿੰਘ ਭੱਟੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਦਾਸਪੁਰ ਇੰਦਰਜੀਤ ਸਿੰਘ ਕੋਹਲੀ, MCOM ਫਰੋਮ ਦੀ ਡੀਨ ਯੂਨੀਵਰਸਿਟੀ। ਮੈਂ ਡਾਕਟਰ ਆਦਰਸ਼ਪਾਲ ਵਿਕ, ਅਸੀਂ ਲਗਭਗ ਤਿੰਨੋਂ ਜਿਹੜੇ GND ਨੂੰ ਰਿਪ੍ਰੈਜ਼ੈਂਟ ਕਰਨ ਲੱਗ ਪਏ। ਮੇਰੀ ਜੌਬ ਉੱਥੇ ਹੈ 30 ਸਾਲ ਸੇਮ ਡਿਪਾਰਟਮੈਂਟ 'ਚ ਬੋਟੈਨੀਕਲ ਐਂਡ ਇਨਵਾਇਰਮੈਂਟਲ ਸਾਇੰਸਿਸ ਪ੍ਰੋਫੈਸਰ ਦੇ ਨਾਤੇ, ਬਟ ਜਿਸ ਤਰ੍ਹਾਂ ਦੀਪਕ ਜੀ ਨੇ ਉਦੋਂ ਗੱਲ ਕੀਤੀ ਅਤੇ ਕੁਛ ਸੰਸਥਾ ਨਾਲ ਜੁੜਿਆ ਕਾਫੀ ਦੇਰ ਤੋਂ, ਲਗਭਗ ਬਚਪਨ ਤੋਂ ਹੀ। ਇੱਕ ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਹੈ। ਪਰਮੇਸ਼ਵਰ ਦੱਤ ਸ਼ਰਮਾ, ਮੈਂ ਜੁਆਇੰਟ ਰਜਿਸਟਰ ਕੋਪਰੇਟਿਵ ਸੋਸਾਇਟੀ ਪੰਜਾਬ ਤੋਂ ਰਿਟਾਇਰ ਹੋਇਆ, ਉਸ ਤੋਂ ਬਾਅਦ ਮੈਂ ਕੰਜ਼ਿਊਮਰ ਕੋਰਟ ਦੇ ਵਿੱਚ ਮੈਂਬਰ ਪ੍ਰੈਜ਼ੀਡਿੰਗ ਮੈਂਬਰ ਰਿਹਾ, ਉਸ ਤੋਂ ਬਾਅਦ ਸੁਪਰੀਮ ਕੋਰਟ ਦੀ ਕਮੇਟੀ ਮੈਂ ਸੀ, ਫੈਮਿਲੀ ਵੈਲਫੇਅਰ ਕਮੇਟੀ। ਸਰ ਮੈਂ, ਮੇਰਾ ਨੇਮ ਇਸ ਕ੍ਰਿਸ਼ਨ ਕੁਮਾਰ ਸ਼ਰਮਾ, ਨਿਕਨੇਮ ਮੈਨੂੰ ਕੁੱਕੂ ਕਹਿੰਦੇ ਜੀ, ਅਮਸਰ 'ਚ ਜ਼ਿਆਦਾ ਕੁੱਕੂ ਦੇ ਨਾਂ ਦਾ ਇੱਥੇ ਮੇਰਾ ਨਾਮ। ਆਈ ਰੀਪ੍ਰੈਜ਼ੈਂਟ ਐਜ਼ ਮਿਊਨਿਸਪਲ ਕੌਂਸਲਰ ਅੰਮ੍ਰਿਤਸਰ, ਨਾਲ ਮੈਂ ਆਈ ਐਮ ਪ੍ਰੈਜ਼ੀਡੈਂਟ ਕੈਨੇਡਾ ਹੀ ਅੰਮ੍ਰਿਤਸਰ, ਕੰਫੈਡਰੇਸ਼ਨ ਆਫ ਰੀਅਲ ਸਟੇਟ ਡਿਵੈਲਪਰਸ ਆਫ ਇੰਡੀਆ, ਇਹਦਾ ਅੰਮ੍ਰਿਤਸਰ ਚੈਪਟਰ ਦਾ ਮੈਂ ਪ੍ਰੈਜ਼ੀਡੈਂਟ ਹਾਂ। ਮੈਂ ਮਹਿਰਮਾ ਗਏ ਤੋਂ ਰਿਟਾਇਰ ਹੋ ਗਿਆ ਜੀ, ਸਿਵਲ ਇੰਜੀਨੀਅਰ ਜੀ, ਅਤੇ ਅੰਮ੍ਰਿਤਸਰ ਦੇ ਪਾਸ ਮੈਂ ਸਾਡੀ NGO ਵਿੱਚ ਕੰਮ ਕਰਦੇ ਹਾਂ ਅਸੀਂ ਸ਼ਹਿਰ ਵਾਲਿਆਂ ਨੂੰ। ਮੇਰਾ ਨਾਮ ਹੈ ਜੀ ਅਸੀਸ ਇੰਦਰ ਸਿੰਘ, ਮੈਂ ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਆਫਿਸਰ ਹਾਂ, ਅਤੇ DC ਸਰ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਹੀ ਐਜ਼ ਅਪੁਆਇੰਟਡ ਮੀ ਐਜ਼ ਸੈਕਟਰੀ ਡਾਇਰੈਕਟਰ ਆਲਸੋ ਦਿਸ ਈਅਰ ਇਨ ਮਾਰਚ।
बिकॉज मैं अमृतसर को भी समझना चाहता सी इत्थे सिविल सोसाइटी दे क्योंकि जिन्नियां मेरियां कॉरपोरेशन्स नाल मीटिंग हुई है जिन्नियां दूजे अदारियां नाल हुई है और जिन्ना मैं तकरीबन ऑलमोस्ट फ्रॉम जलंधर टू मानसा टू पटियाला टू फरीदकोट टू चंडीगढ़ आई हैव बीन एबल टू टू पठानकोट सो सारे थावां ते लास्ट 25 ईयर्स आई हैव सर्वड इन डिफरेंट कैपेसिटी लेकिन अमृतसर आके नो डाउट इट्स अ वेरी वेरी इंपॉर्टेंट सिटी पर इतने वर्क कल्चर पक्षों कुछ चीज़ा सामने आई हैं जिड़िया कि जिन्नी रिच हैरीटेज और जिन्नी हिस्टोरिकली आप पिछों है इतने वर्क कल्चर की कितने ना कितने सारे बंदे देखने मिले भी उस लैवल की जी वर्क कल्चर है तो डिटीरियोरेशन सारे बंदे ਵਾਈਸ ਚਾਂਸਲਰ ਸਾਹਿਬ ਨੇ ਫਿਰ ਯੂਨੀਵਰਸਿਟੀ ਵੱਲੋਂ ਜਿਹੜੇ ਸੈਂਟਰ ਸੀ ਉਹਨਾਂ ਦੀ ਵੀ ਯੂਜ਼ ਕਰ ਰਹੇ ਹਾਂ।